ਲੁਧਿਆਣਾ ਦੇ ਬਹਾਦਰ ਰੋਡ ਤੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਐਕਟਿਵਾ ਸਵਾਰ ਦੋ ਬਦਮਾਸ਼ਾਂ ਨੇ ਮਨੀ ਟ੍ਰਾਂਸਫਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੀ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੁਕਾਨ ਵਿੱਚ ਦੋ ਨੌਜਵਾਨ ਦਾਖਲ ਹੁੰਦੇ ਨੇ, ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਹੁੰਦੀ ਹੈ ਤੇ ਦੂਜੇ ਦਾ ਮੂੰਹ ਢੱਕਿਆ ਹੁੰਦਾ। ਦੋਨੋਂ ਹੀ ਦੁਕਾਨ ਵਿੱਚ ਖੜ੍ਹੇ ਨੌਜਵਾਨਾਂ ਨੂੰ ਅੰਦਰ ਜਾਣ ਲਈ ਕਹਿੰਦੇ ਨੇ ਤੇ ਦੂਸਰਾ ਨੌਜਵਾਨ ਗੱਲਿਆਂ ਵਿੱਚੋਂ ਪੈਸੇ ਕੱਢਦਾ ਵੀ ਦਿਖਾਈ ਦੇ ਰਿਹਾ, ਜਿਸ ਤੋਂ ਕੁਝ ਸਮੇਂ ਬਾਅਦ ਦੂਸਰਾ ਸਾਥੀ ਨੌਜਵਾਨਾਂ ਦੀਆਂ ਜੇਬਾਂ ਚੈੱਕ ਕਰਦਾ। ਇੱਕ ਗੱਲੇ 'ਚੋਂ ਪੈਸੇ ਕੱਢ ਕੇ ਦੁਕਾਨਦਾਰ ਨੂੰ ਦੂਸਰਾ ਗੱਲਾ ਖੋਲ੍ਹਣ ਲਈ ਨੌਜਵਾਨ ਦੇ ਸਿਰ 'ਤੇ ਪਿਸਤੌਲ ਮਾਰਦਾ ਹੈ, ਜਿਸ ਤੋਂ ਬਾਅਦ ਨੌਜਵਾਨ ਗੱਲਾ ਖੋਲ੍ਹ ਦਿੰਦਾ ਹੈ ਤੇ ਲੁਟੇਰੇ ਮਨੀ ਟ੍ਰਾਂਸਫਰ ਤੋਂ 55,000 ਰੁਪਏ ਦੀ ਨਗਦੀ ਤੇ ਮੋਬਾਈਲ ਲੈ ਕੇ ਉੱਥੇ ਤੋਂ ਫਰਾਰ ਹੋ ਜਾਂਦਾ। ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ CCTV ਹਾਸਲ ਕਰਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਇਸ ਤੋਂ ਇਲਾਵਾ ਲੁਧਿਆਣਾ ਦੇ ਪਿੰਡ ਜੋਧਾ 'ਚ ਇੱਕ ਸੁਨਿਆਰ ਦੀ ਦੁਕਾਨ 'ਚ ਇੱਕ ਜੋੜਾ ਸੋਨਾ ਲੈ ਕੇ ਫਰਾਰ ਹੋ ਗਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਦੁਆ ਵੀ ਤਕਦੀਰ ਬਦਲ ਸਕਦੀ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਲਕਨ ਬੇਗਮ ਫਾਤਿਮਾ। ਦੁਨੀਆ ਦਾ ਸਭ ਤੋਂ ਚਮਤਕਾਰੀ ਅਮਲ ਮੇਰੇ ਕੋਲ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਜਾਂ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ, ਲਵ ਮੈਰਿਜ, ਪਿਆਰ ਵਿੱਚ ਧੋਖਾ, ਪਤੀ ਪਤਨੀ 'ਚ ਅਣਬਣ, ਕੀਤਾ ਕਰਾਇਆ, ਲਾਟਰੀ ਦਾ ਇਨਾਮੀ ਮੌਕਾ, ਜਾਦੂ ਟੋਣੇ ਦਾ ਤੋੜ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, PR ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਦੁਆਰਾ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰੋ। ਤੁਹਾਡੀ ਲਾਟਰੀ ਨਿਕਲੇਗੀ ਜਾਂ ਨਹੀਂ, ਸੱਚਾਈ ਜਾਣੋ। ਤੁਸੀਂ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਸਿਰਫ 11 ਘੰਟੇ ਵਿੱਚ ਕਰਵਾ ਸਕਦੇ ਹੋ। ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ ਜੀ। ਤਾਵੀਜ਼ ਪ੍ਰਾਪਤ ਕਰਕੇ ਹੀ ਅਸਰ ਸ਼ੁਰੂ।